ਗੁੱਡ ਮਾਰਨਿੰਗ ਬੇਟਾ ਅੱਜ ਆਪਾਂ ਰੀਡ ਕਰਾਂਗੇ ਪਲੱਸ 1 ਦਾ ਚੈਪਟਰ ਜਿਹੜਾ ਹੈ ਵਾ ਭਾਰ ਦੇ ਸਭਧਾਨੀਆਂ ਮੁੱਖ ਵਿਸ਼ੇਸ਼ਤਾਈਆਂ ਇਦਾਂ ਇਸ ਸਦਾਨੀਆਂ ਮੁੱਖਬ ਵਿਸ਼ੇਸ਼ਤਾਈਆਂ ਪੜ੍ਹ ਤੋਂ ਪਹਿਲਾਂ ਆਪਾਂ ਵੇਖਾਂਗੇ ਕਿ ਸਦਾਨ ਦਾ ਨਿਰਮਾਣ ਕਿਵੇਂ ਹੋਇਆ ਸੀ ਸਦਾਨ ਦਾ ਨਿਰਮਾਣ ਜਿਹੜਾਗਾ ਸਦਾਨ ਸਭਾ ਦੁਆਰਾ ਕੀਤਾ ਗਿਆ ਸੀ 9 ਦਸੰਬਰ 1946 ਨੂੰ ਇਹਦੀ ਸ਼ੁਰੂਆਤ ਹੋਈ ਪਹਿਲਾਂ ਇਹਦਾ ਡਾਕਟਰ ਸਚਿੰਦਰਾ ਜਿਹੜਾਗਾ ਹੀ ਇਹਨੇ ਸ਼ੁਰੂਆਤ ਕੀਤੀ ਥੈਨ ਆਫਟਰ ਜਿਹੜਾਗਾ ਦੂਜੀ ਮੀਟਿੰਗ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਨੂੰ ਜਿਹੜਾਗਾ ਸਰਸੰਤੀ ਦੇ ਨਾਲ ਜਿਹੜਾਗਾ ਹੀ ਰਾਸ਼ਟਰਪਤੀ ਚੁਣ ਲਿਆ ਗਿਆ ਤੇ ਜਿਹੜਾ ਪੰਡਿਤ ਜਵਾਲ ਨਹਿਰੂ ਸੀ ਉਹਨੂੰ ਐਜ਼ ਏ ਪ੍ਰਧਾਨ ਮੰਤਰੀ ਤੌਰ ਤੇ ਚੁਣ ਲਿਆ ਗਿਆ ਠੀਕ ਹੈ ਫਿਰ ਸੁਣੋ ਕੈਬਨ ਮਿਸ਼ਨ ਨੇ ਇੱਕ ਜਿਹੜੀਆਂ ਸਿਫਾਰਸ਼ਾਂ ਸੀ ਉਹਨ ਠੀਕਾ ਸਦਨ ਸਭਾ ਦੁਆਰਾ ਸਦਨ ਸਭਾ ਵਿੱਚ ਜਿਹੜੇ ਜਿਹੜੇ ਮੈਂਬਰ ਵਗੈਰਾ ਸੀ ਠੀਕ ਆ ਉਹ ਜਿਹੜੀ ਮੀਟਿੰਗ ਕਮੇਟੀ ਕਰ ਉਹਨ ਸਦਨ ਸਭਾ ਕਿਹਾ ਜਾਂਦਾ ਵਾ ਉਹਨਾਂ ਦੁਆਰਾ ਸਦਨ ਤਿਆਰ ਕੀਤਾ ਗਿਆ ਪਿਲਾਈ ਦਾ ਜਿਹੜਾ ਮੁਖੀ ਡਾਕਟਰ ਸਚਿੰਦਰਾ ਹੈ ਸਚਿਦਾਨੰਦ ਸਨਾਸੀ ਤੇ ਨਾਲ ਬਟਾ ਡਾਕਟਰ ਨੰਦ ਪ੍ਰਸਾਦ ਬਣਾਇਆ ਗਿਆ ਤੋਂ ਉਹਨੂੰ ਹੀ ਬਾਅਦ ਵਿੱਚ ਰਾਸ਼ਟਰਪਤੀ ਬਣਾ ਲਿਆ ਗਿਆ ਤੇ ਪੰਡਤ ਜਵਾਲ ਨਾਰੋ ਨੂੰ ਜਿਹੜਾ ਹੈਗਾ ਸੀ ਉਹਨੂੰ ਪ੍ਰਧਾਨ ਮੰਤਰੀ ਬਣਾ ਲਿਆ ਗਿਆ ਤੇ ਉਹਨੇ ਹੀ ਆਪਣੇ ਸਦਨ ਦੇ ਉਦੇਸ਼ ਪ੍ਰਸਤਾਵ ਪਾਸ ਜਿਹੜੇ ਗੇ ਪੇਸ਼ ਕੀਤੇ ਸੀ ਬਾਕੀ ਇਹਦੇ ਵਿੱਚ ਜ਼ਿਆਦਾ ਕੁਝ लिखने लड़ नहीं नैक्सट है कि सदांत विशेषताइया की सदांत विशेषताइया की आ कि मेन फीचरस की आ फर्स्ट ऑफ ऑल साडा जो साधान आ लिखती है जैमें कई संधान लिखती नहीं होंगे जमें इंग्लैंड का संदान लिखती नहीं है पर साधान वो लिखती है। ਇੱਕ ਕਿਤਾਬ ਦੇ ਰੂਪ ਵਿੱਚ ਹੈ ਕਿਵੇਂ ਇਹਦੇ ਵਿੱਚ ਪਹਿਲਾਂ 375 95 ਧਰਾਵਾਂ ਸੀ ਜਦੋਂ ਇਸਦਾ ਲਿਖਿਆ ਗਿਆ ਹੁਣ ਇਹ 445 ਹੋ ਗਈਆਂ ਪਹਿਲਾਂ ਇਹਦੇ ਵਿੱਚ ਜਿਹੜੀਆਂ ਗਿਆ ਸੀ 8 ਅਨੁਸੂਚੀਆਂ ਸੀ ਹੁਣ ਇਹਦੇ ਵਿੱਚ ਜਿਹੜੀਆਂ ਗਿਆ 12 ਅਨੁਸੂਚੀਆਂ ਕਿਆਂ ਪਹਿਲਾਂ ਇਹਨੂੰ 22 ਭਾਗਾਂ 'ਚ ਵੰਡਿਆ ਗਿਆ ਸੀ ਤੇ ਹੁਣ ਇਹਨੂੰ 25 ਭਾਗਾਂ 'ਚ ਵੰਡਿਆ ਗਿਆ ਹੈ ਬਸ ਇਹੋ ਜਿਹੜੀਆਂ ਦੋ ਚਾਰ ਗੱਲਾਂ ਲਿਖਣੀਆਂ ਹਨ ਦੈਨ ਆਫਟਰ ਵਿਸਤ੍ਰ ਸਫਤਾਨ ਕਹਿੰਦਾ ਸਾਡਾ ਸਫਤਾਨ ਬਹੁਤ ਜ਼ਿਆਦਾ ਵਿਸਤ੍ਰਿਤ ਆ ਮਲਬੀ ਸਾਰੇ ਦੁਨੀਆ ਦੇ ਸਿਧਾਂਤ ਨਾਲ ਜਿਹੜਾਗਾ ਬਿਸਤਰਾ ਕਿ ਕਹੇ ਜਿਹਦੀਆਂ ਹਰ ਇੱਕ ਚੀਜ਼ ਨੂੰ ਜਿਹੜਾਗਾ ਬਹੁਤ ਜ਼ਿਆਦਾ ਐਕਸਪਲੇਨ ਕੀਤਾ ਹੈ ਜਾਂ ਮੌਲਕ ਅਧਿਕਾਰ ਹੋਣ ਦੇ ਅਧਿਸ਼ਕ ਸਿਧਾਂਤ ਤੋਂ ਹੁਣ ਕਰਤਾ ਹੁਣ ਹਰ ਇੱਕ ਚੀਜ਼ ਨੂੰ ਬਹੁਤ ਜ਼ਿਆਦਾ ਐਕਸਪਲੇਨ ਤੌਰ ਤੇ ਲਿਖਿਆ ਗਿਆ ਹੈ ਠੀਕ ਹੈ ਨੈਕਸਟ ਹੈ ਸਧਾਨ ਪਸਤਾਨਨ ਆਰਾਮ ਹੁੰਦਾ ਹੈ ਇਹ ਤੁਸੀਂ ਪਿਛਲੀ ਵੀਡੀਓ ਚ ਵੇਖਿਆ ਸੀ ਕਿ ਜਿਹੜਾ ਸਧਾਨ ਦੀ ਜਿਹੜੀ ਸ਼ੁਰੂਆਤ ਆ ਕਿਤਾਬ ਦੀ ਸ਼ੁਰੂਆਤ ਆ ਉਹ ਪ੍ਰਸਤਾਵਨਾ ਨਾਲ ਹੁੰਦੀ ਹੈ ਇਸ ਕਰਕੇ ਨੂੰ ਸਧਾਨ ਦੀ ਜਿਹੜੀ ਆ ਗਿਆ ਕੁੰਜੀ ਕਹ ਲਓ ਸ਼ੀਸ਼ਾ ਕਹ ਲਓ ਜਾਂ ਆਤਮਾ ਕਹ ਲਓ ਇਸ ਨੂੰ ਕਿਹਾ ਜਾਂਦਾ ਹੈ ਕਿ ਨੂੰ ਪ੍ਰਸਤਾਵਨਾ ਨੂੰ ਨੈਕਸਟ ਹੈ ਜਿਹੜਾ ਵੱਖ-ਵੱਖ ਸਮੇਂ ਤੋਂ ਲਿਆ ਗਿਆ ਸਧਾਨ ਇਹਨੂੰ ਆਪਾਂ ਉਧਾਰ ਦਾ ਥੈਲਾ ਵੀ ਕਹਿ ਦਿੰਦੇ ਆ ਕਈ ਆਪਣੇ ਸਵਧਾਨ ਨੂੰ ਕਿਉਂ ਕਹਿ ਦਿੰਦੇ ਆ ਕਿਉਂਕਿ ਇਹ ਜਿਹੜੀ ਆਪਾਂ ਸੰਸਦੀ ਸ਼ਾਸਨ ਪ੍ਰਣਾਲੀ ਚਲਾਉਂਦੇ ਆ ਉਹ ਆਪਾਂ ਉਹ ਕਿੱਥੋਂ ਲਿਆ ਸਿਸਟਮ ਇੰਗਲੈਂਡ ਤੋਂ ਜਿਹੜੇ ਆਪਾਂ ਮੌਲਿਕ ਅਧਿਕਾਰ ਸਵਧਾਨ ਵਿੱਚ ਗੱਲ ਕਰਦੇ ਆ ਉਹ ਲਈ ਯੂ ਐਸ ਏ ਤੋਂ ਨਿਰਦੇਸ਼ਕ ਸਵਧਾਨ ਪਰ ਡਾਇਰੈਕਟਰ ਇਨ ਪ੍ਰਿੰਸੀਪਲ ਵਾ ਉਹ ਆਇਰਲੈਂਡ ਤੋਂ ਸੰਘਾਤਾ ਪ੍ਰਣਾਲੀ ਦਾ ਜਿਹੜਾ ਸਿਸਟਮ ਆ ਜਿਸਨੂੰ ਆ ਫੈਡਰਲ ਸਿਸਟਮ ਕਹਿ ਦਿੰਦੇ ਆ ਕੈਨੇਡਾ ਤੋਂ ਤੇ ਜਿਹੜੀ ਆਪਣੇ ਰਾਸ਼ਟਰਪਤੀ ਸ਼ਕਤੀਆਂ ਦੇ ਵਰਣ ਹੁੰਦਾ ਉਹ ਜਰਮਨ ਤੋਂ ਲੈ ਗਈ ਆ ਇਸ ਕਰਕੇ ਕਈ ਅਲੋਚਕ ਇਹਨੂੰ ਉਦਾਰ ਦਾ ਥੈਲਾ ਵੀ ਕਹਿ ਦਿੰਦੇ ਆ ਕਿ ਆਪਾਂ ਸਾਰਾ ਕੁਝ ਹੀ ਦੂਸਰੇ ਦੇਸ਼ਾਂ ਦੇ ਸਿਸਟਮ ਤੋਂ ਲਿਆ ਆਇਆ ਹੈ ਨੈਕਸਟ ਹੈ ਪ੍ਰਸਤਾ ਸੰਪੰਨ ਸਮਾਜਵਾਦੀ ਤਰੰਦਰਪੱਖ ਲੋਕਤੰਤਰੀ ਗਨਰਾਜ ਕਿਉਂਕਿ ਬਸਤਾਨਾ ਵਿੱਚ ਇਹ ਵਰਡ ਐਡ ਕੀਤੇ ਗਏ ਆ ਸਾਡਾ ਦੇਸ਼ ਜਿਹੜਾ ਗਾ ਪ੍ਰਸਤਾ ਸੰਪੰਨ ਕਿਵੇਂ ਆ ਕਿਉਂਕਿ ਇਹ ਅੰਦਰੂਨੀ ਤੇ ਬਾਹਰੀ ਕੰਟਰੋਲ ਤੋਂ ਮੁਕਤਵਾ ਸਮਾਜਵਾਦੀ ਕਿਵੇਂ ਆ ਕਿਉਂਕਿ ਸਾਡੇ ਦੇਸ਼ ਵਿੱਚ ਸਮਾਜਿਕ ਤੇ ਆਰਥਿਕ ਤੇ ਰਾਜਨੀਤਿਕ ਨਿਆਂ ਪ੍ਰਾਪਤ ਆ ਨੈਕਸਟ ਧਰਮ ਨਿਰਪੱਖ ਕਿਵੇਂ ਹੈ ਕਿਉਂਕਿ ਸਾਡੇ ਦੇਸ਼ ਦੇ ਰਾਜ ਦਾ ਕੋਈ ਵੀ ਵਿਸ਼ੇਸ਼ ਧਰਮ ਨਹੀਂ ਹੈਗਾ ਤੇ 25 ਤੋਂ ਲੈ ਕੇ 28 ਤੱਕ ਮੌਲਿਕ ਅਧਿਕਾਰਾਂ ਵਿੱਚ ਧਰਮ ਦੀ ਜਿਹੜੀ ਇੱਕ ਇਸਤੰਤਰਤਾ ਦਾ ਵਰਣਨ ਕੀਤਾ ਗਿਆ ਲੋਕਤੰਤਰੀ ਰਾਜ ਕਿਵੇਂ ਹੈ ਕਿਉਂਕਿ ਸਾਡੇ ਜਿਹੜੇ ਹਰੇਕ ਨਾਗਰਿਕ ਜਿਹਦਾ 18 ਸਾਲ ਦਾ ਹੋ ਚੁੱਕਿਆ ਹੈ ਉਹਨੂੰ ਬਾਲਗ ਵੋਟ ਅਧਿਕਾਰ ਪ੍ਰਾਪਤ ਹੈ ਗੰਧਰਾਜ ਕਹਿੰਦੇ ਆ ਕਿ ਕਿਉਂ ਇੱਥੇ ਰਾਸ਼ਟਰਪਤੀ ਰਾਦ ਦੁਆਰਾ ਰਾਜ ਚੱਲਦਾ ਹੈ ਦਾ ਜਿਹੜਾ ਕਿ ਨਾ ਮਾਤ ਦਾ ਕਾਰਸਦਕ ਮੁਖੀ ਆ ਨਕਸਾ ਸਸਤੀ ਪ੍ਰਣਾਲੀ ਸਰਕਾਰ ਸਾਡੇ ਦੇਸ਼ ਵਿੱਚ ਸਸਤੀ ਪ੍ਰਣਾਲੀ ਸਰਕਾਰ ਅਪਣਾਈ ਜਾਂਦੀ ਆ ਸਸਤੀ ਪ੍ਰਣਾਲੀ ਸਰਕਾਰ ਦੀ ਵਿਸ਼ੇਸ਼ਤਾ ਇਹ ਹੁੰਦੀ ਆ ਕਿ ਜਿਹੜਾ ਰਾਸ਼ਟਰਪਤੀ ਆ ਪਾ ਜਿਹੜਾ ਕਾਰਸਦਕ ਮੁਖੀ ਆ ਉਹ ਨਾ ਮਾਤ ਦਾ ਕਾਰਸਦਕ ਉਕੀ ਹੁੰਦਾ ਹੈ ਨੈਕਸਟ ਹੈ ਲਚਕਦਾਰ ਅਤੇ ਕਠੋਰ ਸੰਵਧਾਨ ਸਾਡਾ ਸੰਵਧਾਨ ਕ ਲਚਕਦਾਰ ਵੀ ਹੈ ਤੇ ਕਠੋਰ ਵੀ ਹੈ ਲਚਕਦਾਰ ਦਾ ਮਤਲਬ ਹੈ ਕਿ ਉਹਦੇ ਵਿੱਚ ਕੁਝ ਜਿਹੜੇ ਜਿਹੜੇ ਸੁਧਾਰ ਕਰਨੇ ਆ ਸੰਵਧਾਨ ਵਿੱਚ ਇਨ ਕਿਸ ਕੋਈ ਅਮੈਂਡਮੈਂਟ ਕਰਨੀ ਆ ਤਾਂ ਸੁਧਾਰਨ ਬਹੁਮਤ ਦੇ ਨਾਲ ਹੀ ਉਹਦੇ ਵਿੱਚ ਸੰਵਧਾਨ ਵਿੱਚ ਅਮੈਂਡਮੈਂਟ ਹੋ ਸਕਦੀ ਆ ਤੇ ਕਠੋਰ ਤੋਂ ਭਾਵ ਕਿ ਜਿਹੜੀਆਂ ਕੁਝ ਤਰ੍ਹਾਂਾਂ ਜਿਹੜੀਆਂ ਰਾਜ ਨੂੰ ਇਫੈਕਟਡ ਕਰਦੀਆਂ ਵਾਂ ਤੇ ਉਹਦੇ ਵਿੱਚ ਸੁਧਾਰ ਕਰਨਾ ਤਾਂ ਉਹਦੇ ਵਿੱਚ ਟੋਟਲੀ ਸਾਰੇ ਰਾਜਾਂ ਦੇ ਜਿਹੜੇ ਮੈਂਬਰ ਆ ਐਮ ਐਲ ਏ ਐਮ ਪੀ ਸਪੋਰਟ ਕਰਨ ਕੇ ਸੰਸਦ ਵਿੱਚ ਤੇ ਫਿਰ ਉਹਦੇ ਵਿੱਚ ਕੋਈ ਚੇਂਜ ਹੋਵੇਗਾ ਨੈਕਸਟ ਹੈਗਾ ਸਰਵਜਨਕ ਬਾਲਗ ਮਤਦਾਨਕਾਰ ਭਾਵ ਕਿ ਸਾਡੇ ਦੇਸ਼ ਵਿੱਚ ਭਾਵੇਂ ਜਿੱਦਾਂ ਮੰਨ ਲਓ 135 ਕਰੋੜ ਦੀ ਆਬਾਦੀ ਆ ਤੇ ਉਹਦੇ ਵਿੱਚ ਜਿਹੜਾ ਵੀ 18 ਸਾਲਾਂ ਤੋਂ ਉੱਪਰ ਹੋ ਜਾਂਦਾ ਵਾ ਉਹਨੂੰ ਜਿਹੜੀ ਹੈਗੀ ਆ ਵਾ ਵੋਟ ਦਾ ਅਧਿਕਾਰ ਮਿਲਦਾ ਵਾ ਜਿਸਨੂੰ ਕਿਹਾ ਜਾਂਦਾ ਸਰਵਜਨਕ ਬਾਲਗ ਮਤਦਾਨਕਾਰ ਮੂਲ ਅਧਿਕਾਰ ਸਾਡੇ ਜਿਹੜੇ ਹੈਗਾ ਸਤਾਂ ਦਾ ਤਿੱਜਾ ਅਧਿਆਇ ਆ ਸਤਾਂ ਦਾ ਥਰਡ ਪਾਰਟ ਵਾ ਉਹਦੇ ਵਿੱਚ 12 ਤੋਂ ਲੈ ਕੇ 35 ਤੱਕ 12 ਤੋਂ ਲੈ ਕੇ 35 ਤੱਕ ਮੌਲਕਤਕਾਰਾਂ ਦਾ ਵਰਣਨ ਕੀਤਾ ਗਿਆ ਇਹ 6 ਪ੍ਰਕਾਰ ਦੇ ਨੇ ਸਮਾਨਤਾ ਸੁਤੰਤਰਤਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਆ tự ਸੁਤੰਤਰਤਾ ਸਭਿਆਚਾਰਕ ਤੇ ਸਵਧਾਨਿਕ ਉਪਾਵਾਂ ਦਾ ਅਧਿਕਾਰ ਨੈਕਸਟ ਹੈ ਸੰਪਤੀ ਦਾ ਅਧਿਕਾਰ ਸੰਪਤੀ ਦਾ ਅਧਿਕਾਰ ਅਧਿਕਾਰ ਦਾ ਸਧਾਰਨ ਅਧਿਕਾਰ ਪਹਿਲਾਂ ਜਿਹੜਾ ਸੰਪਤੀ ਅਧਿਕਾਰ ਸੈਵੰਥ ਜਿਹੜਾਗਾ ਮੌਲਿਕ ਅਧਿਕਾਰ ਸੀ ਬਟ ਇਹਨੂੰ ਕੱਟ ਕੇ ਬਾਅਦ ਵਿੱਚ ਜਿਹੜਾਗਾ ਹੀ 44ਵੀਂ ਸੋਧ ਕੀਤੀ ਗਈ 44 ਅਮੈਂਡਮੈਂਟ ਕੀਤੀ ਗਈ ਤੇ ਇਹਨੂੰ ਜਿਹੜਾ ਹੈਗਾ ਇਹ ਸੰਪਤੀ ਦੇ ਅਧਿਕਾਰ ਨੂੰ ਸਧਾਰਨ ਅਧਿਕਾਰ ਬਣਾ ਦਿੱਤਾ ਮੌਲਿਕ ਕਰਤਵ ਸਾਡੇ ਜਿਹੜਾ ਸਦਾਨ ਦਾ 4th a ਪਾਰਟ ਆ ਕਿਹੜਾ 4th a ਪਾਰਟ ਆ ਜਿਹੜਾ ਉਹਦੇ ਵਿੱਚ ਮੌਲਿਕ ਕਰਤਵਾਂ ਦਾ ਵਰਣਨ ਕੀਤਾ ਗਿਆ ਤੇ ਧਾਰਾ ਕਿੰਨੀ ਆ 51 a 51 ਫੋਰਥ ਏ ਪਾਰਟ ਵਿੱਚ 51 ਏ ਜਿਹੜਾ ਗਾ ਵਾ ਉਹਦੇ ਵਿੱਚ ਮੌਲਕ ਕਰਤਾਵਾਂ ਦਾ ਵਰਣਨ ਕੀਤਾ ਗਿਆ 11 ਪ੍ਰਕਾਰ ਦੇ ਨੇ ਇਹਦਾ ਸੈਪਰੇਟ ਆਪਾਂ ਚੈਪਟਰ ਵੀ ਪੜਾਂਗੇ ਜਸਟ ਬੇਟਾ ਤੁਸੀਂ ਹਰੇਕ ਪੁਆਇੰਟ ਨੂੰ ਵੱਧ ਤੋਂ ਵੱਧ ਪਲੱਸ 1 ਨੇ ਜੇਕਰ 6 ਨੰਬਰ ਦਾ ਕੁਐਸਚਨ ਹੁੰਦਾ ਤਾਂ 6 ਪੁਆਇੰਟ ਐਕਸਪਲੇਨ ਕਰਨੇ ਹੁੰਦੇ ਆ ਤੇ ਇਨ ਕੇਸ ਕੋਈ ਹੋਰ 2 ਨੰਬਰ ਦਾ 4 ਨੰਬਰ ਦਾ ਕੁਐਸਚਨ ਹੁੰਦਾ ਤਾਂ ਵੱਧ ਤੋਂ ਵੱਧ ਤੁਸੀਂ 3-4 4 ਪੁਆਇੰਟ ਕਰਨੇ ਨੇ ਐਕਸਪਲੇਨ ਇਸ ਤੋਂ ਜ਼ਿਆਦਾ ਨਹੀਂ ਕਰਨੇ ਠੀਕ ਹੈ ਨੈਕਸਟ ਹੈ ਰਾਣੀ ਨਰਿੰਦੇਸ਼ ਕੁਸਦਾਨ ਸਦਾਨ ਦੇ ਜਿਹੜੇ ਹੈ ਗਿਆ ਇਹ ਜਿਹੜੇ ਤਾਰਾ 36 ਤੋਂ ਲੈ ਕੇ 51 ਤੱਕ ਜਿਹੜਾ ਹੈਗਾ 4th a 파ርት 4th ਵਿੱਚ ਜਿਹੜਾ ਹੈਗਾ ਇਹ ਮੌਲਿਕ ਕਰਤਵ ਸੀ ਨੈਕਸਟ ਜਿਹੜਾ ਹੈਗਾ ਹੀ 4th a ਵਾ ਉਹਦੇ ਵਿੱਚ 36 ਤੋਂ ਲੈ ਕੇ 36 ਤੋਂ ਲੈ ਕੇ 51 ਵਿੱਚ ਜਿਹੜੇ ਗਿਆ ਰਾਜਨੀਤੀ ਦੇ ਨਿਰਦੇਸ਼ਕਾਂਤ ਪਾਵਰ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਵਧਾਵਾਰਨ ਕੀਤਾ ਗਿਆ ਤੇ ਇਹ ਕੀ ਕਰਦੇ ਨੇ ਇਹ ਸਿਧਾਂਤ ਰਾਜ ਦੇ ਮਾਰਗਦਰਸ਼ਕਾ ਨਿਰਦੇਸ਼ਕਾ ਤੇ ਸੋਚਕਵਾ ਇਹ ਸਿਧਾਂਤ ਰਾਜ ਦੇ ਮਾਰਗਦਰਸ਼ਕਾ ਨਿਰਦੇਸ਼ਕਾ ਤੇ ਸੋਚਕਵਾ ਨੈਕਸਟ ਹੈ ਸਤੰਤਰ ਨਿਆਂਪਾਲਿਕਾ ਸਾਡੇ ਜਿਹੜੀ ਜਿਹੜੀ ਹੈ ਕਿ ਆ ਦੇਸ਼ ਦੀ ਜਿਹੜੀ ਨਿਆਂਪਾਲਿਕਾ ਸਤੰਤਰਾ ਕਿਵੇਂ ਕਿਉਂਕਿ ਉਹਨੂੰ ਚੁਣਦਾ ਜਿਹੜਾ ਹੈਗਾ ਨਿਯੁਕਤੀ ਦਾ ਅਨਰਪੱਖ ਤਰੀਕਾ ਅਪਣਾਇਆ ਗਿਆ ਵਾ ਜੱਜਾਂ ਦਾ ਕਾਰਜkal ਲੰਮਾ ਹੁੰਦਾ ਵਾ ਉਹਦੇ ਹਟਾਉਣ ਦੀ ਔਕੇ ਵੀ ਨਹੀਂ ਹੁੰਦੀ ਆ ਤੇ ਰਿਟਾਇਰ ਪਿੱਛੇ ਹੋਣ ਤੋਂ ਬਾਅਦ ਵਕਾਲਤ ਨਹੀਂ ਕੀਤੀ ਜਾਂਦੀ ਹੈਗੇ ਇਸ ਤਰ੍ਹਾਂ ਉਹਨੂੰ ਨਿਆਂਪਾਲਿਕਾ ਨੂੰ ਸਤੰਤਰ ਬਣਾਇਆ ਗਿਆ ਵਾ ਨਿਆਇਕ ਬੰਧ ਰੱਖਣ ਦੀ ਸ਼ਕਤੀ ਜਿਹੜੀ ਕੀ ਆ ਸਦਾ ਜਿਹੜੀ ਸੁਪਰੀਮ ਕੋਰਟ ਨੂੰ ਇਹ ਦਿੱਤੀ ਗਈ ਆ ਇਨਕੇ ਸੰਸਦ ਕੋਈ ਇਹੋ ਜਿਹਾ ਕਾਨੂੰਨ ਬਣਾ ਲੈਂਦੀ ਆ ਜੋ ਕਿ ਸੰਵਿਧਾਨ ਦੇ ਵਿਰੁੱਧ ਹੈ ਜੋ ਕਿ ਸ਼ਬਦਾਂ ਦੇ ਵਿਰੁੱਧ ਆ ਤਾਂ ਉੱਤੇ ਉਹ ਜਿਹੜੀ ਸੁਪਰੀਮ ਕੋਰਟ ਕਾਰਵਾਈ ਕਰਕੇ ਉਸ ਕਾਨੂੰਨ ਨੂੰ ਰੱਦ ਕਰ ਸਕਦੀ ਆ ਉਸ ਨੂੰ ਕਿਹਾ ਜਾਂਦਾ ਨਿਆਂਇਕ ਪਦਨਿਰਿਕਰਣ ਦੇ ਦੀ ਸ਼ਕਤੀ ਨੈਕਸਟ ਅਗਾਂ ਬੰਤਰ ਵਿੱਚ ਸੰਗੀਪਨ ਤੋਂ ਭਾਵਨਾ ਚ ਇਕਾਤਮ 757 ਬੇਸ਼ੱਕ ਬੰਤਰ ਵਿੱਚ ਸੰਗਾਤਮਕ ਭਾਵ ਕਿ ਕੁਝ ਸ਼ਕਤੀਆਂ ਇਹੋ ਜਿਹੀਆਂ ਆ ਮਾ ਜਿਹਦਾ ਕਰਕੇ ਲੱਗਦਾ ਕਿ ਸਾਡਾ ਸੰਵਿਧਾਨ ਸੰਗਾਤਮਕ ਸਾਡੇ ਦੇਸ਼ ਸੰਗਾਤ ਸਿਸਟਮ ਆ ਚੁੱਕੇ ਹਨ ਲਿਖਤੀ ਸੰਧਾਨਾ ਕਠੋਰ ਆ ਸਦਾ ਸਰਵਉੱਚਤਾ ਵਿਸ਼ੇ ਦੀ ਵੰਡਾ ਦੋਰੀ ਨਾਗਰਤ ਸੋਰੀ ਦੋਰੀ ਸ਼ਾਸਨ ਪ੍ਰਣਾਲੀ ਆ ਦੂਸਰ ਸੰਵਿਧਾਨਪਲ ਕਸਤੰਤਰ ਨਿਆਪਲ ਕ ਇਥੇ ਆ ਲੱਗ ਰਿਹਾ ਕਿ ਜਿਵੇਂ ਕਿ ਸਾਡੇ ਜੋ ਜੀ ਸੰਘਾਤਮਕ ਪ੍ਰਣਾਲੀ ਹੈ ਫੈਡਰਲ ਸਿਸਟਮ ਆ ਬਟ ਭਾਵਨਾ ਵਿੱਚ ਇਕਾਤਮ ਕਿਵੇਂ ਆ ਕਿਉਂ ਕਿ ਓਕੇ ਜਿਹੜਾ ਹੈਗਾ ਵਾ ਕੇਂਦਰ ਕੋਲ ਜਾਰੀਆਂ ਸ਼ਕਤੀਆਂ ਨੇ ਠੀਕ ਹੈ ਇਕੈਰੀ ਨਾਗਰਤਾ ਪੂਰੇ ਇੰਡੀਆ ਵਿੱਚ ਇੱਕੈਰੀ ਹੀ ਨਾਗਰਤਾ ਇਹ ਨਹੀਂ ਹੈ ਕਿ ਜੇ ਤੁਸੀਂ ਪੰਜਾਬ ਦੇ ਤਾਂ ਪੰਜਾਬ ਦੀ ਵੱਖਰੀ ਹੋਏਗੀ ਇੰਡੀਆ ਦੀ ਵੱਖਰੀ ਹੋਏਗੀ ਦੋਰੀ ਦੋਰੀ ਨਾਗਰਤਾ ਨਹੀਂ ਇੱਕੈਰੀ ਨਾਗਰਤਾ ਹੈ ਰਾਜਪਾਲ ਦੀ ਕੇਂਦਰਾ ਦੁਆਰਾ ਨਿਯੁਕਤ ਹੁੰਦੀ ਹੈ ਜਿਹੜੇ ਗਵਰਨਰ ਹੁੰਦੇ ਜਾਂਵੇਂ ਪੰਜਾਬ ਦਾ ਗਵਰਨਰ ਹੋਏਗਾ ਔਰ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਗਿਆ ਹੈ ਤੇ ਜਿਹੜਾ ਵੀ ਵਿੱਤੀ ਜਿਹੜਾ ਵੀ ਰਾਜਾਂ ਦੇ ਕੇਂਦਰ ਦੇ ਵਿੱਤੀ ਨਿਰਪਰਤਾ ਚਾਹਨੀ ਕਿ ਜਿੰਨਾ ਫਾਈਨੈਂਸ਼ੀਅਲ ਤੌਰ ਤੇ ਪੈਸਾ ਵਗੈਰਾ ਲੈਣਾ ਹੈ ਆਪਣੇ ਪੰਜਾਬ ਨੂੰ ਵਿਕਾਸ ਵਾਸਤੇ ਉਹ ਦਾ ਜਿਹੜਾ ਹੈਗਾ ਉਹ ਡਿਪੈਂਡੈਂਟ ਹੁੰਦੇ ਸੈਂਟਰ ਦੇ ਉੱਤੇ ਹੈ ਨੈਕਸਟ ਅਗਰ ਰਾਸ਼ਟਰਪ ਬੇਟਾ ਵੀਡੀਓ ਪਾਈ ਸੀ ਕਿ ਰਾਸ਼ਟਰਪਤੀ ਸੰਕਟਕਾਲੀਨ ਸ਼ਕਤੀ ਕੀ ਹੁੰਦੀ ਹੈ ਤੇ ਕਿੰਨੀ ਵਾਰ ਪੰਜਾਬ ਵਿੱਚ ਸੰਕਟਕਾਲ ਲਾਗੂ ਹੋ ਚੁੱਕਾ ਹੈ ਨੈਕਸਟ ਇੱਕ ਕੈਰੀ ਨਾ ਕਰਤਾ ਪਿਛਲੀ ਗੱਲ ਹੋ ਚੁੱਕੀ ਸੀ ਕਿ ਇੰਡੀਆ ਵਿੱਚ ਜਿਹੜੀ ਇੱਕ ਕੈਰੀ ਹੀ ਨਾ ਕਰਤਾ ਪਾਈ ਜਾਂਦੀ ਹੈ ਕਾਨੂੰਨ ਦਾ ਸ਼ਾਸਨ ਕੀ ਹੈ ਇਹ ਵੀ ਤੁਸੀਂ ਪਿਛੇ ਚੈਪਟਰ ਪੜ ਚੁੱਕੇ ਹੋ ਕਿ ਕਾਨੂੰਨ ਦਾ ਪੂਰਾ ਚੈਪਟਰ ਪੜ ਚੁੱਕੇ ਹੋ ਕਾਨੂੰਨ ਦਾ ਸ਼ਾਸਨ ਭਾਵ ਕਿ ਹਰ ਵਿਅਕਤੀ ਕਾਨੂੰਨ ਦੇ ਸਾਹਮਣੇ ਸਮਾਨ ਜ਼ਿੰਮੇਵਾਰ ਹੋਵੇਗਾ ਭਾਵੇਂ ਉਹ ਰਾਸ਼ਟਰਪਤੀ ਹੋਵੇ ਤੇ ਭਾਵੇਂ ਉਹ ਆਮ ਨਾਗਰੇ ਕੋ ਵੀ ਨੈਕਸਟ ਅਨਸੂਚਿਤ ਜਾਤੀਆਂ ਅਨਸੂਚਿਤ ਜਨਜਾਤੀਆਂ ਪਛੜੇ ਸ਼੍ਰੇਣੀਆਂ ਨੇ ਤੇ ਕੱਟ ਕੇ ਦੇਤਾਂ ਦੇ ਰੱਖ ਕੇ ਲਈ ਵੀ ਜਿਹੜੀਆਂ ਸੀਟਾਂ ਰੱਖੀਆਂ ਰੱਖੀਆਂ ਗਈਆਂ ਹਨ ਹਨਾ ਫਿਰ ਹੈਗਾ 27 ਵਿਧਾਨਪਾਲਿਕਾ ਜਿਵੇਂ ਮਲਪੀ ਜੜਾਗਾ ਆਪਣੇ ਜਿਹੜਾ ਲੋਕ ਸਭਾ ਤੇ ਰਾਜ ਸਭਾ ਉਪਰਲਾ ਸਦਨ ਰਾਜ ਸਭਾ ਤੇ ਨਿਸ਼ਟਾਨਾ ਲੋਕ ਸਭਾ ਇਸ ਤਰ੍ਹਾਂ ਜਿਹੜੀ ਆ ਕਿ 27 ਵਿਧਾਨਪਾਲਿਕਾ ਅਪਣਾਈ ਗਈ ਹੈ ਕਿ ਹਿੰਦੀ ਸੰਗੀ ਸਰਕਾਰੀ ਸਰਕਾਰੀ ਭਾਸ਼ਾ ਜਿਹੜੀ ਆ ਵੀ ਸਾਡੇ ਬਾਈਕ ਜਿਹੜੀਆਂ ਭਾਸ਼ਾਵਾਂ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ ਬਾਈ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਤੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਹੋਰ ਤੇ ਮਾਨਤਾ ਦਿੱਤੀ ਗਈ ਹੈ ਆਪ ਪੁਆਇੰਟਸ ਨੂੰ ਵਗੈਰਾ ਰਹਿਣ ਦਿਓ ਸਾਂਝ ਚੋਣ ਪ੍ਰਣਾਲੀ ਕੀ ਆ ਸਾਂਝ ਚੋਣ ਪ੍ਰਣਾਲੀ ਇਹ ਆ ਕਿ ਸਾਰੇ ਜਿਹੜੇ ਵੋਟ ਪਾਉਂਦੇ ਆ ਉਹਨਾਂ ਲਈ ਬੂਥ ਇੱਕ ਹੀ ਹੋਵੇਗਾ ਭਾਵੇਂ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਰੰਗ ਨਸਲ ਕਿਸੇ ਵੀ ਲਿੰਗ ਹੋਵੇ ਠੀਕ ਆ ਉਹਨਾਂ ਲਈ ਇੱਕੋ ਹੀ ਸਾਂਝੀ ਚੋਣ ਪ੍ਰਣਾਲੀ ਇੱਕੋ ਹੀ ਬੂਥ ਹੋਵੇਗਾ ਨਾ ਬਸ ਇਨਹੀ ਪਾਰਟਸ ਬੋਤਨੇ ਬੇਟਾ ਭਾਵੇਂ ਬੀਏ ਦਾ ਬੱਚਾ ਹੋਵੇ ਭਾਵੇਂ ਪਲੱਸ 1 ਦਾ ਪਲੱਸ 2 ਦਾ ਵੈਸੇ ਤੁਸੀਂ ਛੇ ਪਾਰਟਸ ਹੀ ਮੈਂ ਬਾਰ ਬਾਰ ਕਹਿ ਰਹੀ ਹਾਂ ਕਰਨੀ ਨੇ ਪਲੱਸ 1 ਪਲੱਸ 2 ਨੇ ਤੇ ਜੇਕਰ ਇਨ ਕੇਸ ਕੋਈ ਮੈਂ ਤਾਂ ਕਰਵਾਏ ਇਥੋਂ ਤੱਕ ਵੀ ਤੇ ਬਾਈ ਤੇ ਹੀ ਪਾਣ ਇਨ ਕੇਸ ਇਨਾਂ ਵਿੱਚ ਕੋਈ ਪੁਆਇੰਟਸ ਆ ਜਾਂਦਾਗਾ 1 ਨੰਬਰ 2 ਨੰਬਰ ਵਿੱਚੋਂ ਤਾਂ ਤੁਸੀਂ ਇਸ ਨੂੰ ਅਟੈਂਪਟ ਕਰ ਸਕੋ ਨੈਕਸਟ ਹੈ ਤੇ ਕਈ ਲੋਕ ਜਿਹੜੇ ਹੈਗੇ ਆ ਲੋਚਕ ਜਿਹੜੇ ਹੈਗੇ ਇਹਨੂੰ ਉਧਾਰ ਦਾ ਥੈਲਾ ਵੀ ਕਹਿੰਦੇ ਆ ਜਿੱਦਾਂ ਆਪਾਂ ਪਿੱਛੇ ਪੜਿਆ ਸੀ ਕਿ ਮੈਕਸਿਮਮ ਜੜਾ ਕਵਾ ਆਪਾਂ ਬਾਹਰਲੇ ਦੇਸ਼ਾਂ ਤੋਂ ਚੀਜ਼ਾਂ ਲਈਆਂ ਵਾਂ ਸੰਘਾਤਮ ਬਰਨਾਲੀਓ ਕੀ ਮੌਲਕ ਦੇ ਕਾਰਨ ਨਿਰਦੇਸ਼ ਕਿਸਨਾ ਦਾ ਕਰਤਾ ਸਾਰਾ ਕੁਝ ਤੇ ਮਮਲ ਕਿਉਂ ਕਹਿੰਦੇ ਕਿ ਵੀ ਗੱਲ ਠੀਕ ਨਹੀਂ ਹੈਗੀ ਬਟ ਉਹ ਆਪਾ ਆਲੋਚਕਾਂ ਦਾ ਵੀ ਉਹ ਚੀਜ਼ ਨੂੰ ਜਵਾਬ ਦਿੰਦੇ ਆ ਕਿੰਨੇ ਕਿ ਅਸੀਂ ਕਿਉਂ ਮਲਪੀ ਲੋਕਾਂ ਦੂਸਰੇ ਦੇਸ਼ਾਂ ਤੋਂ ਚੀਜ਼ ਉਧਾਰ ਲਈ ਹੈ ਕਿਉਂਕਿ ਕੋਈ ਵੀ ਅਸੀਂ ਅੱਖਰ ਮੀਟ ਕਰਨ ਲਈ ਸਿਰਫ ਉਹ ਲਈ ਹੈ ਜਿਹੜੀ ਸਾਡੇ ਦੇਸ਼ ਨਾਲ ਟੁਕਮੀ ਹੋਵੇ ਤੇ ਸਾਡਾ ਮਕਸਦ ਇਹ ਸੀ ਕਿ ਅਸੀਂ ਇਹੋ ਜਿਹਾ ਸਾਧਨ ਬਣਾਈਏ ਜੋ ਸਾਡੇ ਦੇਸ਼ ਦੀਆਂ ਸਾਰੀਆਂ ਨੀਡਸ ਨੂੰ ਪੂਰੀਆਂ ਕਰ ਸਕੇ ਜੇਕਰਾਨੂੰ ਇਸ ਲਈ ਕਿਸ ਲਈ ਉਧਾਰ ਵੀ ਲੈਣੀ ਪਈ ਆ ਕਿਸੇ ਦਾ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਠੀਕ ਹੈ ਕਿ ਸਾਡਾ ਉਦੇਸ਼ ਸਿਰਫ ਇੱਕ ਵਧੀਆ ਸਰਦਾਨ ਤਿਆਰ ਕਰਨਾ ਸੀ ਜਿਹੜੀ ਵਿੱਚ ਚੀਜ਼ਾਂ ਉਧਾਰ ਲਈਆਂ ਉਸ ਨੂੰ ਆਪਣੇ ਲੋੜਾਂ ਸਾਰਾ ਸੀ ਬਦਲਿਆ ਹੋਇਆ ਹੈ ਤੇ ਆ ਚੀਜ਼ਾਂ ਤੁਸੀਂ ਪੜੀਆਂ ਹੋਈਆਂ ਕਿ ਕਿਹੜੀ ਚੀਜ਼ ਤੋਂ ਕਿੱਥੋਂ-ਕਿੱਥੋਂ ਕੋਈ ਚੀਜ਼ ਵਗੈਰਾ ਆਪਾਂ ਲਈ ਹੈਗੀ ਆ ਠੀਕ ਹੈ ਨੈਕਸਟ ਹੈ ਕਿ ਸਧਾਨ ਦੀ ਵਿਸ਼ਾਲਤਾ ਲਈ ਕਾਰਨ ਜ਼ਿੰਮੇਵਾਰ ਕਾਰਨ ਕੀ ਆ ਕਿ ਇੰਨਾ ਸਾਡਾ ਦੇ ਸਾਰੀ ਦੁਨੀਆ ਨਾਲੋਂ ਸੁਨੀਆਂ ਦੀ ਸਧਾਨ ਨਾਲ ਸਾਡਾ ਦੇ ਦਾ ਸਧਾਨ ਕਿਉਂ ਜ਼ਿਆਦਾ ਵੱਡਾ ਹੈ ਫਸਟ ਆਫ ਆਲ ਕਿਉਂਕਿ ਸੰਘਾਤਾ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਸਾਰੇ ਦੋਹਰਾ ਦੋਹਰਾ ਪ੍ਰਬੰਧ ਦਾ ਸੈਂਟਰਾਂ ਦਾ ਵੱਖਰਾ ਵਾ ਇੰਡੀਆ ਆਪਣੇ ਜਿਹੜੇ ਸਟੇਟਾਂ ਦਾ ਵੱਖਰਾ ਵਾ ਮੂਲਕ ਅਧਿਕਾਰਾਂ ਦੀ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਗਈ ਵਿਸਤਾਰਪੁਰ ਕਰਾਉਣ ਦੇ ਨਿਰਦੇਸ਼ ਸਧਾਨ ਦਾ ਇਸੇ ਤਰ੍ਹਾਂ ਵੰਨ ਕੀਤਾ ਗਿਆ ਕਰਤਾਂਮ ਦਾ ਵੰਨ ਕੀਤਾ ਗਿਆ ਹੈ ਸੰਗਠਕਾਲੀਨ ਸ਼ਕਤੀਆਂ ਦੀ ਵਿਵਸਥਾ ਬਾਰੇ ਵਰਣ ਕੀਤਾ ਗਿਆ ਤੇ 352 58 60 ਬਾਰੇ ਤੇ ਕੇਂਦਰ ਅਤੇ ਰਾਜਾਂ ਦੇ ਆਪਸੀ ਸਬੰਧਾਂ ਦੇ ਬਾਰੇ ਬਣ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ذریعے ਇੱਕ ਦੂਜੇ ਦੇ ਆਪਣੇ ਇੱਕ ਦੇ ਇੰਡਿਆ ਦੇ ਦੁਤੀ ਸਟੇਟਾਂ ਜਿਹੜੀਆਂ ਬਾਈ ਦੇ ਸਟੇਟ ਸੋਰੀ ਅੰਤਿਸਰੀਟਾ ਉਹਨਾਂ ਦਾ ਕਿਦਾਂ ਸਬੰਧ ਹੋਏਗਾ ਨਿਆਪਾਲ ਕਬਾਰੇ ਬਾਰੇ ਬਣ ਕੀਤਾ ਗਿਆ ਐਕਸਪਲੇਨ ਕੀਤਾ ਗਿਆ ਕੱਟ ਕਿੰਦੀਆਂ ਸੋਚੀ ਜਾਂਦੀਆਂ ਸੋ ਜਾਣ ਜਾਂਦੀਆਂ ਲੇ ਕਿਦਾਂ ਦਾ ਵਿਸ਼ੇਸ਼ ਪ੍ਰਬੰਧ ਕਰਨਾ ਹੈ ਆਈਐਸਟੀ ਕਿਦਾਂ ਸਿਲੈਕਸ਼ਨ ਕਰਨੀ ਹੈ ਜੋ ਕਰਨਾ ਸਮਝ ਦੀ ਵਿਸਥਾ ਕੀਤੀ ਗਈ ਆ ਇਹ ਸਾਰਾ ਬਹੁਤ ਜ਼ਿਆਦਾ ਹੀ ਐਕਸਪਲੇਨ ਚ ਹਰ ਚੀਜ਼ ਨੂੰ ਵਰਣ ਕੀਤਾ ਗਿਆ ਹੈ ਇਸ ਲਈ ਸਾਡਾ ਸਟਾਨ ਬਹੁਤ ਜ਼ਿਆਦਾ ਵਿਸਥਾਰ ਆਈ ਹੋਪ ਤੁਹਾਨੂੰ ਇਹ ਚੈਪਟਰ ਸਮਝ ਆ ਚੁੱਕਾ ਹੋਵੇਗਾ ਥੈਂਕਸ ਬੇਟਾ